ਬਾਬਾ ਜੀ, ਤੁਸੀਂ ਬਹੁਤ ਗਿਆਨ ਪ੍ਰਾਪਤ ਹੈ ਤੁਹਾਨੂੰ ਪੂਰੇ ਧਰਮਾਂ ਦਾ, ਵੇਦਾਂ ਦਾ, ਮੁਸਲਿਮ ਦਾ, ਸਿੱਖਾਂ ਦਾ, ਅਤੇ ਇਹ ਸਾਨੂੰ ਇਹ ਗਾਈਡ ਕਰੋ ਕਿ ਸਾਡੇ ਜੋ ਹਾਲਾਤ ਨੇ ਅੱਜ ਕੱਲ੍ਹ, ਸਾਰੇ ਵਿਦਵਾਨ ਹੋਣ ਦੇ ਬਾਵਜੂਦ, ਪੜ੍ਹੇ ਲਿਖੇ ਬੰਦੇ ਹੋਣ ਦੇ ਬਾਵਜੂਦ, ਜੋ ਬੈਂਕਰਪਸੀ, ਦਿਵਾਲੀਆਪਣ ਜਿਹੜਾ ਪੋਲੀਟਿਕਸ ਅਤੇ ਰਿਲੀਜਨ 'ਚ ਆਇਆ, ਉਹਦਾ ਕੀ ਇਲਾਜ ਹੈ? ਦੇਖੋ, ਇਲਾਜ ਤਾਂ ਕਿਸੇ ਵੀ ਬਿਮਾਰੀ ਦਾ ਬਾਅਦ 'ਚ ਹੁੰਦਾ, ਪਹਿਲਾਂ ਬਿਮਾਰੀ ਡਾਇਗਨੋਜ ਹੁੰਦੀ ਹੈ। ਬਿਮਾਰੀ ਹੈ ਕੀ? ਤਾਂ ਗੁਰਬਾਣੀ ਹੀ ਗਾਈਡ ਕਰਦੀ ਹੈ। ਮੈਂ ਗੁਰਬਾਣੀ ਤੋਂ ਹੀ ਸਾਰੀ ਗਿਆਨ ਲੈ ਲਿਆ, ਨਵੇਂ ਵੇਦ ਪੜ੍ਹੇ ਨੇ, ਨਵੇਂ ਕੁਰਾਨ ਪੜ੍ਹੀ ਹੈ, ਇਹਦੇ ਵਿੱਚ ਸਭ ਕੁਛ ਹੈ। ਗੁਰਬਾਣੀ ਦੇ ਵਿੱਚ ਹੀ ਸਾਨੂੰ ਦੇ ਦਿੱਤਾ, ਖੱਲੀ ਦੇ ਵਿੱਚ ਹੀ ਸਾਰਾ ਗਿਆਨ। ਤਾਂ ਉਹ ਕਹਿੰਦੇ ਨੇ ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸੱਭੇ ਰੋਗ। ਜਦ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਨਾ, ਫਿਰ ਆਹ ਰੋਗ ਜਿਹੜੇ ਨੇ, ਹੁਣ ਸਾਨੂੰ ਬਿਮਾਰੀਆਂ ਛਿੜੀਆਂ ਹੋਈਆਂ ਨੇ। ਰੋਗ ਕੀ ਨੇ? ਆਹ ਜਿਹੜੇ ਸਾਡੇ ਔਗਣ ਨੇ, ਇਹੀ ਰੋਗ ਨੇ। ਮਾਨਸਿਕ ਰੋਗ ਔਗਣ ਹੁੰਦੇ ਨੇ। ਹਉਮੈ ਦੀਰਘ ਰੋਗ ਹੈ। ਹਉਮੈ ਸਾਰਿਆਂ ਦੀ ਮਾਂ ਹੈ। ਹਉਮੈ ਭਰਮ 'ਚੋਂ ਪੈਦਾ ਹੁੰਦੀ ਹੈ। ਲੋਭ ਵੱਡਾ ਹੈ। ਗੁਰਬਾਣੀ ਕਹਿੰਦੇ ਲੋਭੀ ਕਾ ਵਸਾਹ ਨਾ ਕੀਜੈ ਜੇ ਕਾ ਪਰ ਵਸਾਏ। ਪਰ ਸਾਡੇ ਗੁਰਦੁਆਰੇ ਲੋਭ ਦਾ ਹੀ ਪ੍ਰਚਾਰ ਹੁੰਦਾ, ਇੱਛਾ ਪੂਰੀਆਂ ਕਰੋ, ਇਹ ਕਰੋ, ਉਹ ਕਰੋ। ਇਸ ਕਰਕੇ ਕਮਜ਼ੋਰੀ ਇਹ ਰਹੀ ਆਦਮੀ ਦੀ ਕਿ ਧਰਮ ਉੱਤੋਂ ਦੁਨੀਆ ਛਡਾਉਂਦਾ, ਦੁਨੀਆ ਦਾ ਮੋਹ ਛਡਾਉਂਦਾ, ਮਾਇਆ ਛਡਾਉਂਦਾ। ਜਿਹੜਾ ਅਸਲੀ ਧਰਮ ਹੈ, ਮਾਇਆ ਅਸੀਂ ਛੱਡਣਾ ਨਹੀਂ ਚਾਹੁੰਦੇ। ਮਾਇਆ ਛੱਡਣ ਦਾ ਮਤਲਬ ਸਰੀਰ ਵੀ ਛੱਡ ਦੇਣਾ ਚਾਹੁੰਦੇ ਜੀ, ਸਰੀਰ ਦਾ ਮੋਹ ਛੱਡ ਦੇਣਾ। ਹੁਣ ਉਹਨਾਂ ਨੇ ਇਹ ਕਹਿਤਾ ਵੀ ਮਾਇਆ ਤਾਂ ਨਹੀਂ ਛੱਡ ਹੁੰਦੀ, ਅਸੀਂ ਐਸਾ ਧਰਮ ਹੀ ਛੱਡਿਆ ਜਿਹੜਾ ਸਾਤੋਂ ਸਭ ਕੁਛ ਛਡਾਉਂਦਾ। ਇਹਨਾਂ ਨੇ ਧਰਮ ਹੀ ਛੱਡਤਾ। ਧਰਮ ਆਪਣੇ ਮਤਲਬ ਦਾ, ਧਰਮ ਜਿੰਨਾ ਕੁ ਸਾਨੂੰ ਸੂਟ ਕਰਦਾ ਧਰਮ ਉਨਾ ਕੁ ਰੱਖ ਲਿਆ। ਧਰਮ ਹੈ ਰਹਿਤ, ਗੁਰਬਾਣੀ ਹੈ ਰਹਿਤ। ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਗੁਰੂ ਕਹਿੰਦਾ ਮੈਨੂੰ ਸਿੱਖ ਨਾਲ ਨਹੀਂ ਪਿਆਰ। ਜੇ ਉਹਦੇ ਕੋਲ ਰਹਿਤ ਹੈ, ਉਹਦੀ ਰਹਿਤ ਨਾਲ ਪਿਆਰ ਹੈ, ਨਾ ਕਿ ਉਹਦੇ ਸਰੀਰ ਨਾਲ ਪਿਆਰ ਹੈ ਮੈਨੂੰ। ਉਹ ਰਹਿਤ ਛੱਡ ਕੇ ਅਸੀਂ ਨਾਲ ਮਰਿਆਦਾ ਲਾ ਲਈ। ਮਰਿਆਦਾ 'ਚ ਆ ਗਿਆ ਨਿਤਨੇਮ। ਨਿਤਨੇਮ ਕਰੋ ਜੀ, ਪੰਜ ਬਾਣੀਆਂ ਪੜ੍ਹੋ ਜੀ। ਹੁਣ ਰਹਿਤ ਕੀ ਹੈ? ਰਹਿਤ ਹੈ ਸਾਸ ਸਾਸ ਸਿਮਰੋ ਗੋਬਿੰਦ। ਇਹ ਰਹਿਤ ਹੈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਇਹ ਤਾਂ ਅਸੀਂ ਰਹਿਤ। ਮਰਿਆਦਾ ਵੀ ਸਵੇਰੇ ਸਵੇਰੇ ਪੰਜ ਬਾਣੀਆਂ ਪੜ੍ਹ ਲਓ, ਬਾਕੀ ਠੀਕ ਹੈ, ਛੁੱਟੀ। ਧਰਮ ਤੋਂ ਥੱਲੇ ਡੇਗਤਾ। ਇਹ ਸਾਨੂੰ ਜਿੰਨਾ ਪੁਜਾਰੀ ਬਾਤ ਹੈ, ਧਰਮ ਤੋਂ ਥੱਲੇ ਡੇਗਦਾ। ਸਾਨੂੰ ਉਹ ਚੰਗਾ ਲੱਗਦਾ ਵੀ ਇਹ ਤਾਂ ਸਾਨੂੰ ਤਾਂ ਛੁੱਟੀ ਮਿਲ ਗਈ ਬਹੁਤ ਚੀਜ਼ਾਂ ਤੋਂ। ਇਹੀ ਖਤਰਨਾਕ ਸੀ। ਗੁਰਬਾਣੀ ਤੋਂ ਅਸੀਂ ਥੱਲੇ ਆ ਗਏ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸੱਭੇ ਰੋਗ। ਜਿਹੜਾ ਲੋਭ ਹੈ, ਸਵਾਰਥ ਹੈ, ਸਵਾਰਥ ਤਾਂ ਧਰਮ ਨੂੰ ਰਹਿਣ ਨਹੀਂ ਦਿੰਦਾ। ਸਵਾਰਥ ਤਾਂ ਇਕੱਠ ਘਰ 'ਚ ਨਹੀਂ ਰਹਿਣ ਦਿੰਦਾ। ਘਰ ਦੇ ਵਿੱਚ ਸਵਾਰਥ ਆ ਜਾਏ, ਸਕੇ ਭਾਈ ਅਡੋਡੀ ਹੋ ਜਾਂਦੇ ਨੇ। ਸਵਾਰਥ ਇੱਕ ਐਸੀ ਚੀਜ਼ ਹੈ ਜਿਹੜਾ ਇੱਕ ਦੇ ਦੋ ਕਰ ਦਿੰਦਾ ਹੈ। ਸਾਡੀ ਯੂਨਿਟੀ ਕਿਵੇਂ ਬਣਾਈ ਸੀ? ਸੰਗਤ ਕਿਵੇਂ ਬਣਦੀ ਹੈ? ਗੁਰਸੰਗਤ
ਸਵਾਰਥ ਦੇ ਤਿਆਗ ਬਿਨਾਂ ਸੰਗਤ ਜੁੜੇ ਨਹੀਂ ਸਕਦੀ, ਇਕੱਠੀ ਹੋ ਹੀ ਨਹੀਂ ਸਕਦੀ। ਹੁਣ ਸਾਡੇ ਜਿਹੜੀ ਸੰਗਤ ਬਣਦੀ ਹੈ, ਕੋਈ ਵੀ ਸਿਆਸੀ ਪਾਰਟੀ ਬਣਦੀ ਹੈ, ਉਹਦਾ ਆਧਾਰ ਹੀ ਸਿਆਸਤ ਹੈ। ਅਕਾਲੀ ਦਲ ਦਾ ਆਧਾਰ ਹੀ ਸਿਆਸਤ ਹੈ। ਜਿੱਥੇ ਸਿਆਸਤ ਹੋਊ ਉੱਥੇ ਇਲੈਕਸ਼ਨ ਹੋਊ, ਸਵਾਰਥ ਹੋਊ ਉੱਥੇ ਇਲੈਕਸ਼ਨ ਹੋਊ। ਗੁਰੂ ਘਰ 'ਚ ਇਲੈਕਸ਼ਨ ਵਾਸਤੇ ਕੋਈ ਜਗ੍ਹਾ ਨਹੀਂ। ਜੇ ਇਲੈਕਸ਼ਨ ਹੁੰਦਾ ਗੁਰੂ ਨਾਨਕ ਦੇਵ ਬਾਅਦ ਸ਼੍ਰੀ ਚੰਦ ਗੁਰੂ ਬਣਦਾ। ਉਹਨਾਂ ਨੇ ਸ਼੍ਰੀ ਚੰਦ ਨਹੀਂ ਬਣਾਇਆ, ਲੈਣੇ ਨੂੰ ਗੁਰੂ ਬਣਾਇਆ ਵੀ ਇਹ ਹੈ ਮੇਰੀ ਜਗ੍ਹਾ, ਕਿਉਂਕਿ ਸ਼੍ਰੀ ਚੰਦ ਨੇ ਵਿਚਾਰਧਾਰਾ ਹੋਰ ਸੀ। ਸ਼੍ਰੀ ਚੰਦ ਉਦੋਂ ਹੀ ਵਿਚਾਰਧਾਰਾ ਡੋਬ ਦਿੰਦਾ ਜੇ ਉਹਨੂੰ ਬਣਾਉਂਦਾ, ਤਾਂ ਉਹਨਾਂ ਨੂੰ ਵਿਚਾਰਧਾਰਾ ਦੀ ਲੋੜ ਸੀ ਵੀ ਇਹ ਵਿਚਾਰਧਾਰਾ ਕਹਾਂ ਚੱਲੇ। ਉਹ ਕਿਹਨੇ ਚਲਾਈ? ਉਹ ਲਹਿੜੇ ਨੇ ਚਲਾਈ, ਅੰਗਦ ਬਣੇ ਗੁਰੂ ਅੰਗਦ। ਅੰਗਦ ਤਾਂ ਵੈਸੇ ਕਿਹਾ ਹੀ ਹੈ ਨਾਂ, ਅਸਲ ਨਾਂ ਅੰਗਦ ਨਹੀਂ ਹੈ, ਅਸਲ ਨਾਂ ਲਹਿਣੇ ਤੋਂ ਬਾਅਦ ਨਾਨਕ ਹੀ ਹੈ। ਉਹ ਨਾਨਕ ਲਿਖਦੇ ਨੇ ਆਪਣੇ ਆਪ ਨੂੰ, ਦੂਆ ਨਾਨਕ, ਤੀਆ ਨਾਨਕ। ਅੰਗਦ ਕਿਤੇ ਇੱਕ ਦੋ ਥਾਂ ਆਇਆ ਹੋਇਆ ਅੰਗਦ, ਉਹ ਵੀ ਦਸਮ ਪਾਤਸ਼ਾਹ ਨੇ ਲਿਖਿਆ, ਲਿਖਿਆ ਅੰਗਦ। ਨਾਨਕ ਅੰਗਦ ਕੋ ਅਵਤਾਰਾ, ਧਰਮ ਪ੍ਰਚਲ ਇਸ ਜਗ ਮੈਂ ਕਰਾਂ। ਗੁਰਬਾਣੀ 'ਚ ਉਹਨਾਂ ਨੇ ਆਪਣੇ ਆਪ ਨੂੰ ਅੰਗਦ ਕਿਤੇ ਨਹੀਂ ਕਿਹਾ। ਗੱਲ ਵਿਚਾਰਧਾਰਾ ਦੀ ਸੀ, ਵਿਚਾਰਧਾਰਾ ਦੇ ਵਿੱਚ ਸਵਾਰਥ ਵਾਸਤੇ ਕੋਈ ਜਗ੍ਹਾ ਨਹੀਂ ਸਿੱਖੀ 'ਚ। ਜਿੱਥੇ ਸਵਾਰਥ ਆ ਬੜਿਆ, ਇਕੱਠ ਰਹਿ ਨਹੀਂ ਸਕਦਾ। ਜਦੋਂ ਹਿੰਦੁਸਤਾਨ ਦੇ ਉੱਤੇ ਕਬਜ਼ਾ ਆਉਂਦੇ ਰਹੇ ਨੇ ਮੁਸਲਮਾਨ, ਜਿਹੜਾ ਵੀ ਨਵਾਂ ਧਰਮ ਬਣਦਾ ਹੁੰਦਾ, ਉਹ ਸਵਾਰਥ ਉਹ ਤਿਆਗ ਕੇ, ਜਾਂ ਸਵਾਰਥ ਬਹੁਤ ਹੱਦ ਤੱਕ ਤਿਆਗ ਕੇ ਐਂ ਕਹਿ ਲਓ, ਇਕੱਠ ਹੁੰਦਾ ਹੁੰਦਾ ਉਹਨਾਂ ਦਾ, ਉਹ ਦੂਜਿਆਂ 'ਤੇ ਹਾਵੀ ਹੋ ਜਾਂਦੇ ਸਵਾਰਥੀਆਂ 'ਤੇ। ਇਵੇਂ ਜਦੋਂ ਸੰਗਤ ਇੱਕ ਬਣੀ, ਸਵਾਰਥ ਨੇ ਸਵਾਰਥ ਹੋ ਕੇ ਇਕੱਠ ਹੋਇਆ, ਉਹਨਾਂ ਨੇ ਉਹ ਢਾਡਵੀਆਂ ਦਾ ਮੂੰਹ ਬੰਦ ਕਰਤਾ। ਉਹ ਕਾਬਲ ਫਿਰ ਜਿੱਤ ਲਿਆ, ਕਾਬਲ 'ਤੇ ਰਾਜ ਕਰ ਲਿਆ, ਜਿਹੜਾ ਕਾਬਲ ਸਾਨੂੰ ਸਾਡੇ 'ਤੇ ਰਾਜ ਕਰਦਾ ਸੀ। ਉਹ ਤਾਂ ਕਰਾਮਾਤ ਕੀ ਸੀ? ਕਰਾਮਾਤ ਸੀ ਸੰਗਤ ਇਕੱਠੀ, ਸਵਾਰਥ ਦਾ ਤਿਆਗ। ਜਦ ਤੋਂ ਸਵਾਰਥ ਆ ਗਿਆ, ਹੁਣ ਫਿਰ ਉਹੀ ਹਾਲ ਹੈ। ਜਿੱਥੇ ਸਵਾਰਥ ਹੁੰਦਾ ਉੱਥੇ ਧਰਮ ਨਹੀਂ ਹੁੰਦਾ, ਪਰਮਾਰਥ ਨਹੀਂ ਹੁੰਦਾ। ਇਹ ਦੋ ਸਿਰੇ ਨੇ ਧਰਮ ਦੇ, ਜਿਵੇਂ ਇੱਕ ਲਾਠੀ ਹੁੰਦੀ ਹੈ ਨਾ ਆਪਣੀ, ਉਹਦੇ ਦੋ ਸਿਰੇ ਹੁੰਦੇ ਨੇ। ਇੱਕ ਸਵਾਰਥ ਹੈ, ਇੱਕ ਸਿਰਾ ਪਰਮਾਰਥ ਹੈ। ਪਰਮਾਰਥ ਹੈ ਸਭ ਕੁਝ ਤਿਆਗ ਦੇਣਾ, ਸਭ ਕੁਝ ਨਿਛਾਵਰ ਕਰ ਦੇਣਾ ਧਰਮ ਦੇ ਉੱਤੇ, ਕੀਤਾ ਹੀ ਹੈ ਸਾਰਿਆਂ ਨੇ ਜਿਨ੍ਹਾਂ ਦੇ ਆਪਾਂ ਨਾਂ ਲੈਂਦੇ ਹਾਂ, ਬਲੀਦਾਨ ਦੇ ਦੇਣਾ ਧਰਮ ਵਾਸਤੇ। ਉਹ ਪਰਮਾਰਥ ਹੈ, ਉਹ ਧਰਮੀ ਆਦਮੀ ਹੈ। ਧਰਮ ਮੰਗਦਾ ਤਨ ਮਨ ਧਨ ਸਭ ਸੌਂਪ ਗੁਰ ਕੋ, ਫਿਰ ਵੀ ਨਹੀਂ ਕਹਿੰਦੇ ਮਿਲਦਾ ਤਨ ਮਨ ਧਨ ਦਿੱਤੇ ਤਾਂ ਵੀ ਨਹੀਂ ਮਿਲਦਾ ਕੁਛ। ਤਨ ਮਨ ਧਨ ਦਿੱਤੇ ਤਾਂ ਵੀ ਉਹ ਚੀਜ਼ ਨਹੀਂ ਮਿਲਦੀ ਜਿਹੜੀ ਅਸਲੀ ਹੈ। ਤਨ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਹੀ ਗੁਰ ਕੋ, ਫਿਰ ਹੁਕਮ ਮੰਨਿਆ ਪਾਈ ਹੈ। ਜੇ ਹੁਕਮ ਨਹੀਂ ਨਾ ਮੰਨਦਾ ਫਿਰ ਵੀ ਨਹੀਂ ਪ੍ਰਾਪਤੀ। ਸਾਡੇ ਤਨ ਮਨ ਧਨ ਦੀ ਗੱਲ ਕਰਦੇ, ਹੁਕਮ ਫਿਰ ਛੱਡਿਆ ਹੋਇਆ, ਹੁਕਮ ਦੀ ਗੱਲ ਨਹੀਂ ਕਰਦਾ। ਗੁਰਬਾਣੀ ਨੂੰ ਮੰਨੇ ਤੇ ਬਿਨਾਂ ਮਸਲਾ ਹੱਲ ਨਹੀਂ ਹੋਣਾ। ਬੀਸ ਬਿਸਵੇ ਗੁਰ ਕਾ ਮਨ ਮਾਨਾ ਹੈ, 99.9 ਵੀ ਜੋ ਅਸੀਂ ਮੰਨ ਲਈਏ ਨਾ, ਤਾਂ ਵੀ ਉਹ ਗੱਲ ਨਹੀਂ ਬਣਦੀ। 100% ਮੰਨਣੀ ਪਊ ਗੁਰਬਾਣੀ,
ਫਿਰ ਉਹ ਅਵਸਥਾ ਪ੍ਰਾਪਤ ਹੋਊ ਜੋ ਗੁਰੂ ਨਾਨਕ ਵਾਲੀ ਹੈ। ਫਿਰ ਉਹੀ ਅਵਸਥਾ ਪ੍ਰਾਪਤ ਉਹ ਹੋ ਜੂਗੀ, ਫਿਰ ਨਹੀਂ ਉਦੋਂ ਘੱਟ ਅਵਸਥਾ ਪ੍ਰਾਪਤ ਹੋਊਗੀ। ਜਿਨ੍ਹਾਂ ਨੇ ਤਨ ਮਨ ਧਨ ਦੇ ਕੇ ਹੁਕਮ ਮੰਨਿਆ ਉਹ ਭਾਈ ਮਨੀ ਸਿੰਘ ਵਰਗੇ ਪੰਜ ਪਿਆਰੇ ਹੋਏ, ਖੋਪਰੀਆਂ ਲਾਈਆਂ, ਚਰਖਣੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਉਹ ਅਵਸਥਾ ਸ਼ਹੀਦ ਦੀ ਅਵਸਥਾ ਹੈ। ਉਹ ਨਿਸਵਾਰਥ ਜ਼ਰੂਰ ਤੇ, ਪਰ ਹੁਕਮ ਬੁੱਝ ਨਹੀਂ ਹੋਇਆ ਉਹਨਾਂ 'ਤੇ। ਕੋਈ ਨਹੀਂ ਅਗਲੇ ਜਨਮ 'ਚ ਹੁਣ ਪੈਦਾ ਹੋਏ ਹੋਏ ਨੇ ਬਥੇਰੇ ਉਹਨਾਂ 'ਚੋਂ, ਖਬਰ ਨਹੀਂ ਤੁਹਾਡੇ 'ਚੋਂ ਕਿਹੜਾ ਕਿਹੜਾ ਕੀ ਹੈ, ਬਾਅਦ 'ਚ ਲੱਗ ਜੂ ਪਤਾ। ਇਹ ਗੱਲ ਹੈ, ਧਰਮ ਇੱਕ ਐਸਾ ਵਿਸ਼ਾ ਹੈ, ਇਹ ਧਰਮ ਕਿਸੇ ਧਰਮ 'ਚ ਨਹੀਂ ਹੈ। ਦੁਨੀਆਂ 'ਚ ਜਿੰਨੇ ਧਰਮ ਨੇ ਨਾ, ਪਿਓਰਟੀ ਕਿਸੇ ਧਰਮ 'ਚ ਵੀ ਨਹੀਂ ਹੈ ਜੋ ਗੁਰਬਾਣੀ ਕਹਿੰਦੀ, ਉਹ 'ਤੇ ਖਰਾ ਕੋਈ ਵੀ ਨਹੀਂ ਉਤਰਿਆ ਹੋਇਆ। ਜਿੰਨੇ ਪਿਛਲੀਆਂ ਮੱਤਾਂ ਨੇ, ਧਰਮ ਤਾਂ ਕੋਈ ਵੀ ਨਹੀਂ ਵੈਸੇ, ਮੱਤਾਂ ਨੇ ਉਹ, ਸਿੱਖ ਵੀ ਮੱਤ ਹੈ, ਸਿੱਖ ਧਰਮ ਨਹੀਂ ਹੈ, ਯਾਦ ਰੱਖਿਓ ਇਸ ਗੱਲ। ਸਿੱਖ ਕੋਈ ਧਰਮ ਨਹੀਂ, ਇਹ ਮੱਤਾਂ ਨੇ, ਸਿੱਖ ਮੱਤ ਸਭ ਬੁੱਧ ਤੁਮਾਰੀ, ਗੁਰਬਾਣੀ ਜੀ ਨੂੰ ਮੱਤ ਬਣਿਆ ਹੋਇਆ, ਧਰਮ ਨਹੀਂ ਬਣਿਆ ਹੋਇਆ ਸਿੱਖ, ਧਰਮ ਵੇਦ ਬਣਿਆ ਹੋਇਆ। ਬਹੁਤ ਜ਼ਰੂਰੀ ਗੱਲ ਹੈ, ਇਹ ਇੰਪੋਰਟੈਂਟ ਗੱਲ ਸੀ। ਲਾਵਾਂ ਸਭ ਦੀਆਂ ਹੋਈਆਂ ਨੇ, ਜਿਹਦਾ ਵਿਆਹ ਹੋਇਆ ਹੋਊ, ਤਕਰੀਬਨ ਸਾਰੇ ਆਪਣੇ ਉਹੋ ਜਿਹੇ ਹੀ ਨੇ, ਕੋਈ ਐਸਾ ਆਦਮੀ ਨਹੀਂ ਜਿਹਦਾ ਵਿਆਹ ਨਾ ਹੋਇਆ ਹੋਵੇ ਇੱਥੇ ਜਿਹੜੇ ਬੈਠੇ ਨੇ। ਤੁਸੀਂ ਸੁਣਿਆ ਸੀ ਲਾਮ ਦੇ ਵਿੱਚ, ਪਰ ਸੁਣੀ ਹੁੰਦੀ ਤਾਂ ਧਿਆਨ ਖਬਰ ਹੈ, ਸੁਣਾਉਣੇ ਵਾਲੇ ਦਾ ਧਿਆਨ ਨਹੀਂ ਸੀ, ਸੁਣਨ ਵਾਲਾ ਵਿਚਾਰਾ ਕੀ ਕਰੇ। ਬਹੁਤ ਇੰਪੋਰਟੈਂਟ ਗੱਲ ਪਹਿਲੀ ਲਾਮ ਦੇ ਵਿੱਚ ਹੀ ਆਈ ਸੀ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ, ਪ੍ਰਵਿਰਤੀ ਕਰਮ ਆ ਜਿਹੜੀ ਕੁਦਰਤ ਹੈ ਨਾ, ਇਹਦੇ ਅਨੁਸਾਰ ਚੱਲਣਾ ਆਪਾਂ, ਪ੍ਰਕਿਰਤੀ ਦੇ ਅਨੁਸਾਰ ਚੱਲਣਾ, ਆਪਣੀ ਮਰਜ਼ੀ ਦੀ ਗੱਲ ਨਹੀਂ, ਨਾ ਕੁੜੀ ਨੇ ਨਾ ਮੁੰਡੇ ਨੇ, ਚੱਲ ਆਪਣੀ ਮਰਜ਼ੀ ਕਰੋਗੇ ਲੜਾਈ ਹੈ। ਗੁਰਬਾਣੀ ਦੇ ਲੜ ਦੋਹਾਂ ਨੇ ਲੱਗਣਾ, ਕੋਈ ਝਗੜਾ ਹੀ ਨਹੀਂ। ਝਗੜਾ ਇਹ ਸੀ ਵੀ ਗੁਰੂ ਦੇ ਲੜ ਲੱਗਣਾ ਦੋਹਾਂ ਨੇ, ਨਾ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਨਾ ਉਹਨੇ ਕਰਨੀ। ਰਾਈਟ ਵੇ ਕੀ ਹੈ ਜਾਂ ਰਾਈਟ ਵੇ 'ਤੇ ਦੋਨੋਂ ਰਹਾਂਗੇ, ਝਗੜਾ ਹੈ ਹੀ ਨਹੀਂ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲ ਰਾਮ ਜੀ ਹੋ, ਬਾਣੀ ਬ੍ਰਹਮਾ ਵੇਦ ਧਰਮ ਦੜੋ, ਦੱਸੋ ਕੀ ਹੈ ਬਾਣੀ ਬ੍ਰਹਮਾ, ਬ੍ਰਹਮਾ ਨੇ ਵੇਦ ਬਣਾਇਆ ਨਾ, ਉਹਨੂੰ ਦ੍ਰਿੜ ਕਰੋ, ਪਾਪ 'ਤੇ ਜਾਇਆ ਬਲ ਰਾਮ ਜੀ ਹੋ, ਇਹੀ ਧਰਮ ਹੈ ਕਹਿੰਦੇ। ਪਿੱਛੇ ਲੈ ਗਏ ਸਮੁੰਦਰ ਨੂੰ ਜੋੜਿਆ ਸਾਨੂੰ, ਸਮੁੰਦਰ ਕੀ ਹੈ, ਸਮੁੰਦਰ ਤੋਂ ਸਭ ਦਰਿਆ ਪੈਦਾ ਹੋਏ ਨੇ, ਅਸੀਂ ਕੀ ਕਹਿੰਦੇ ਹਾਂ, ਸਾਰੇ ਦਰਿਆ ਸਮੁੰਦਰ ਵੱਲ ਨੂੰ ਲੈ ਕੇ ਜਾਂਦੇ ਨੇ। ਉਪਲਿਓ ਲੋਕੋ, ਸਮੁੰਦਰ ਦੀ ਗੱਲ ਕਰੋ ਫਿਰ ਦਰਿਆ ਦੀ ਗੱਲ ਕਾਹਦੇ ਕਰਦੇ ਹੋ। ਦਰਿਆਵਾਂ ਦਾ ਥੋੜ੍ਹਾ ਝਗੜਾ ਪਾਇਆ ਅਸੀਂ, ਆਪਣੇ ਦਰਿਆ ਦਾ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਰਾਜਸਥਾਨ ਨੂੰ ਸਾਡਾ ਪਾਣੀ ਕਿਉਂ ਜਾਂਦਾ, ਉਹ ਦਰਿਆ ਦਾ ਝਗੜੇ ਦੀ ਜਾਣਨਾ। ਹੁਣ ਤਾਂ ਸਮੁੰਦਰਾਂ 'ਤੇ ਵੀ ਲੋਕ ਝਗੜਾ ਪਾਉਂਦੇ ਨੇ, ਵੈਸੇ ਬਣਦੇ ਨੇ, ਪਰ ਸਮੁੰਦਰ ਨੂੰ ਬਣਦੇ ਬਣਦੇ ਸਮੁੰਦਰ 'ਚ ਡੁੱਬ ਜਾਣਗੇ। ਸਮੁੰਦਰ ਦੀ ਗੱਲ ਕਰੀਏ ਆਪਾਂ, ਵੇਦ ਸਮੁੰਦਰ ਨੇ ਦਰਿਆ ਪੈਦਾ ਕੀਤੇ ਨੇ, ਸਾਰੀਆਂ ਮੱਤਾਂ ਵੇਦ ਦੇ ਵਿੱਚੋਂ ਨਿਕਲੀਆਂ ਨੇ। ਜੇ ਵੇਦ ਦੀ ਗੱਲ ਕਰਾਂਗੇ ਮੱਤਾਂ ਵਿੱਚ ਹੀ ਆ ਜਾਂਦੀਆਂ ਨੇ। ਜੇ ਦਰਿਆ ਪੈਦਾ ਹੁੰਦੇ ਬਦਲ ਕੇ ਤੋੜਦਾ ਸਮੁੰਦਰ 'ਚੋਂ, ਤੂਫਾਨ ਆਉਂਦੇ ਹੜ੍ਹ ਲਿਆ ਦਿੰਦੇ ਨੇ, ਆਖਿਰ ਜਾ ਕੇ ਮਿਲਦਾ ਕਿੱਥੇ ਹੈ,
ਜਾਂ ਸਮੁੰਦਰ ਚਲੇ ਜਾਂਦਾ ਪਾਣੀ ਚੁੱਪ ਕਰ ਜਾਂਦਾ, ਉੱਥੇ ਜਾ ਕੇ ਮਚਾਵੇ ਨਾ ਖਲਬਲੀ। ਇੱਥੇ ਤਾਂ ਖਲਬਲੀ ਮਚਾ ਜਾਂਦਾ ਹੈ, ਸਮੁੰਦਰ ਜਾ ਕੇ ਚੁੱਪ ਕਰਕੇ ਬਾ ਉੱਥੇ ਡਿੱਗ ਜਾਂਦਾ, ਜਾ ਕੇ ਪਤਾ ਵੀ ਨਹੀਂ ਲੱਗਦਾ ਉਹਨੂੰ ਵੀ ਮੇਰੇ 'ਚੋਂ ਨਿਕਲਿਆ ਸੀ ਜਾਂ ਮੇਰੇ 'ਚ ਆਵੜਿਆ। ਇਸ ਕਰਕੇ ਬੜਾ ਭਾਂਡਾ ਗੁਰਮਤ ਉਹ ਸਮੁੰਦਰ ਹੈ ਜੀ, ਸਾਰੀਆਂ ਮਤਾਂ ਸਮਾ ਜਾਣਗੀਆਂ, ਕਿਸੇ ਨੂੰ ਬੋਲਣ ਦੀ ਇੱਥੇ ਜਗ੍ਹਾ ਹੀ ਨਹੀਂ ਹੈ। ਪਰ ਅਸੀਂ ਤਾਂ ਖੋਤਿਆ ਕੀ ਬੈਠੇ ਹਾਂ ਉਹਨੂੰ, ਸਮੱਸਿਆ ਸਿੱਖਾਂ ਨੇ ਆਪ ਤਿਆਗ ਤਾ ਉਹ। ਬਾਬਾ ਜੀ ਤੁਸੀਂ ਜੋ ਹਮੇਸ਼ਾ ਕਹਿੰਦੇ ਤੁਹਾਡੇ ਤੋਂ ਜ਼ਿਆਦਾ ਨਹੀਂ ਚੰਗਾ ਕੋਈ ਜਾਣਦਾ, ਸਾਰੇ ਇੱਕੋ ਰੱਬ ਹੈ, ਪਰ ਅੱਜ ਦੇ ਹਾਲਾਤ ਦੇ ਵਿੱਚ ਇਹ ਸਾਰਿਆਂ ਨੂੰ ਜੋੜਨ ਦੀ ਬਜਾਏ ਸਾਰੇ ਧਰਮ ਅੱਡ ਅੱਡ ਕਿਉਂ ਪਬਲਿਕ ਨੂੰ ਕਰਦੇ ਪਏ ਨੇ, ਉਹਦੇ ਬਾਰੇ ਚਾਨਣਾ ਦਿਓ ਤੁਸੀਂ। ਸਵਾਰਥ ਉੱਥੇ ਗੱਲ ਆ ਗਈ ਨਾ, ਉੱਥੇ ਗੱਲ ਆ ਗਈ ਸਵਾਰਥ। ਧਰਮ ਦੀ ਗੱਲ ਛੱਡੋ, ਇਨਸਾਨੀਅਤ ਨੂੰ ਕਾਸਟਾਂ ਦੇ ਡਿਫਰੈਂਟ 'ਤੇ ਵੰਡਦੇ ਪਏ ਨੇ ਸਾਰੇ ਪਾਸੇ। ਭਾਈ ਜੇ ਸਵਾਰਥ ਹੋਊ ਲੜਾਵਾਂਗੇ ਤਾਂ ਹੀ ਲੀਡਰ ਬਣਾਂਗੇ। ਦੇਖੋ ਜੇ ਤਾਂ ਬਣਨਾ ਲੀਡਰ ਫਿਰ ਤਾਂ ਤੁਹਾਨੂੰ ਤੋੜਨਾ ਪਊਗਾ, ਗਰੁੱਪ ਬਣਾਉਣਾ ਪਊਗਾ। ਇੱਕ ਗਰੁੱਪ ਆਪਣਾ ਕ੍ਰੀਏਟ ਕਰਕੇ ਉਹਦੇ ਲੀਡਰਸ਼ਿਪ ਲੈ ਕੇ ਉਹਦਾ ਲਾਭ ਲੈਣਾ ਪਊਗਾ। ਕੋਈ ਅੱਡ ਸਟੇਟ ਮੰਗ ਲਓ, ਦੂਜੀ ਸਟੇਟ 'ਤੇ ਕਬਜ਼ਾ ਕਰ ਲਓ, ਜਾਂ ਆਪਣਾ ਲੈ ਕੇ ਕਮਿਊਨਿਸਟੀ ਲੈ ਲਓ, ਕੋਈ ਗਰੁੱਪ ਤਾਂ ਬਣਾਉਣਾ ਪਊ ਨਾ, ਵੱਖਰਾ ਆਈਡਿਆਲੋਜੀ ਵੱਖਰੀ ਦੇਣੀ ਪਊਗੀ ਉਹਨਾਂ ਨੂੰ। ਅਤੇ ਜੇ ਤੁਸੀਂ ਸਾਰਿਆਂ ਨੂੰ ਜੋੜਨਾ ਫਿਰ ਸੇਵਾ ਕਰਨੀ ਪਊਗੀ। ਜੋੜਨੇ ਵਾਲੇ ਸੇਵਕ ਨੇ, ਦਾਸ ਨੇ, ਕਬੀਰ ਦਾਸ ਹੈ, ਨਾਨਕ ਦਾਸ ਹੈ, ਦਾਸ ਨਾਲੋਂ ਛੋਟਾ ਕੁਛ ਨਹੀਂ ਹੁੰਦਾ ਦੁਨੀਆ 'ਚ। ਧਰਮ ਦੀ ਦੁਨੀਆ ਦੋ ਸ਼ਬਦ ਨੇ, ਇੱਕ ਦਾਸ ਹੈ ਸਾਡੀ ਬੋਲੀ 'ਚ, ਦੋਏ ਧਰਮ ਦੀ ਬੋਲੀ ਦੋ ਸ਼ਬਦ ਆਏ ਹੋਏ ਨੇ, ਇੱਕ ਸ਼ਬਦ ਗੁਰੂ ਆਇਆ ਹੋਇਆ, ਇੱਕ ਦਾਸ ਆਇਆ ਹੋਇਆ। ਦਾਸ ਤੋਂ ਛੋਟਾ ਕੋਈ ਨਹੀਂ, ਗੁਰੂ ਤੋਂ ਬੜਾ ਕੋਈ ਨਹੀਂ। ਹੁਣ ਦਾਸ ਨਾਨਕ ਹੈ, ਨਾਨਕ ਨੂੰ ਗੁਰੂ ਬਣਾ ਦਿੱਤਾ ਚੱਕ ਕੇ। ਦਾਸ ਕਹਿੰਦਾ, ਨਾਨਕ ਕਹਿੰਦਾ ਮੈਂ ਦਾਸ ਹਾਂ, ਨਾਨਕ ਦਾਸ ਮੁੱਖ 'ਤੇ ਜੋ ਬੋਲਿਆ ਉਹ ਕਹਿੰਦਾ ਮੈਂ ਗੁਰੂ ਹੈ। ਨਾਨਕ ਕਹਿੰਦਾ ਸ਼ਬਦ ਗੁਰੂ ਸੁਰਤ ਧੁਨ ਜੇਲਾ, ਪੁੱਠਾ ਕਰਤਾ ਅਸੀਂ ਚੱਕ ਕੇ ਸਿੱਖੀ, ਜਾਣ ਬੁੱਝ ਕੇ ਕੀਤੀ ਹੈ। ਗੁਰੂ ਆਦਮੀ ਕਦੇ ਹੋਇਆ ਹੀ ਨਹੀਂ, ਪੰਡਿਤ ਨੇ ਆਪਣੇ ਆਪ ਨੂੰ ਗੁਰੂ ਕਹਾਇਆ ਸੀ, ਬਾਹਮਣ, ਬਾਹਮਣ ਗੁਰੂ ਹੈ ਜਗਤ ਕਾ, ਇਹ ਇਸ਼ਾਰਾ ਕੀਤਾ ਕਬੀਰ ਨੇ, ਭਗਤਨ ਕਾ ਗੁਰਨਾ ਹੈ, ਭਗਤਾਂ ਨੇ ਮੰਨਿਆ ਨਹੀਂ ਉਹਨੂੰ, ਗਿਆਨ ਉਹਦਾ ਗਿਆਨ ਵੀ ਨਹੀਂ ਮੰਨਿਆ। ਉਹ ਕਹਿੰਦੇ ਤੇਰਾ ਗਿਆਨ ਖੋਟਾ ਹੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਉਹ ਪਾਂਡੇ ਝੂਠ ਕਾਹਦੇ ਬੋਲਦੇ, ਸੱਚ ਬੋਲ, ਗੁਰੂ ਹੈ ਤੂੰ। ਫਿਰ ਇੱਕ ਹੋਰ ਗੱਲ ਬਹੁਤ ਕੈੜੀ ਕਹੀ ਕਬੀਰ ਨੇ, ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ। ਦੇਖੋ ਕਿੱਡੀ ਬੜੀ ਗੱਲ ਹੈ, ਉਹ ਜਿਹੜਾ ਗੁਰੂ ਆਪਣੇ ਆਪ ਨੂੰ ਕਹਿੰਦਾ ਉਹਦੀ ਮਾਂ ਦਾ ਸਿਰ ਬੁੰਨ ਦਿਉ, ਕਿੱਡੀ ਬੜੀ ਗਾਲ ਹੈ, ਮਾਂ ਦਾ ਸਿਰ ਬੁੰਨ ਦਿਉ। ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮਣ ਜਾਏ, ਉਹ ਤੂੰ ਮੂਰਤੀ ਪੂਜਣ ਲਾਤਾ ਲੋਕਾਂ ਨੂੰ, ਤੂੰ ਕਹਿੰਦਾ ਮੈਂ ਗੁਰੂ ਹਾਂ, ਤੇਰੀ ਮਾਂ ਦਾ ਸਿਰ ਕਿਉਂ ਨਾ ਬੁੰਨ ਦਿੱਤਾ ਜਾਵੇ। ਗੁਰੂ ਨਹੀਂ ਆਇਆ, ਗੁਰੂ ਖੋਟੇ ਹੁੰਦੇ, ਗੁਰੂ ਜਿਹਨਾਂ ਕੇ ਅੰਧਲੇ, ਸਿੱਖ ਵੀ ਅੰਧੇ ਕਰਮ ਕਰੇ ਨੇ, ਗੁਰੂ ਦੀ ਤਾਂ ਨਿੰਦਿਆ ਹੋਈ ਹੈ। ਗੁਰੂ ਤਾਂ ਖੋਟੇ ਹੁੰਦੇ ਨੇ, ਕੱਚੇ ਹੁੰਦੇ ਨੇ, ਕਾਚੇ ਗੁਰ ਤੇ ਮੁਕਤ ਨਾ ਹੋਊਗਾ।
ਦਾਸ ਬਣਨਾ ਹੁੰਦਾ ਨੀਵਾਂ ਬਣਨਾ। ਜਿਹੜਾ ਦਾਸ ਬਣਦਾ ਉਹ ਸਭ ਨੂੰ ਜੋੜਦਾ, ਮਨਾਉਂਦਾ, ਰੁੱਸੇ ਨੂੰ ਮਿਹਨਤ ਕਰਦਾ, ਤਰਲਾ ਕਰਦਾ ਵੀ ਭਾਈ ਨਾ ਇਕੱਠੇ ਹੋਵੋ। ਜਿਵੇਂ ਬਾਪ ਹੈ ਔਲਾਦ ਲੜਦੀ ਹੈ, ਉਹ ਮਨਾਉਂਦਾ ਦਾਸ ਹੀ ਬਣਿਆ ਸਭ ਦਾ, ਲੱਗਦਾ ਰਿਹਾ ਤੈਨੂੰ ਦੁੱਧ ਥੋੜ੍ਹਾ ਮਿਲਿਆ ਤੂੰ ਮੇਰੇ ਵਾਲਾ ਪੀ ਲੈ, ਛੱਡ ਪਰੇ ਤੈਨੂੰ ਆ ਚੀਜ਼ ਨਹੀਂ ਲੈ ਤੂੰ, ਮੈਂ ਨਹੀਂ ਲੈਂਦਾ ਆ ਚੀਜ਼ ਤੂੰ ਲੈ ਲੈ। ਉਹ ਨੀਵਾਂ ਹੁੰਦਾ ਹੈ ਜੋੜਨ ਵਾਸਤੇ। ਦਾਸ ਤਾਂ ਛੋਟਾ ਕੋਈ ਨਹੀਂ, ਗੁਰੂ ਤਾਂ ਬੜਾ ਕੋਈ ਨਹੀਂ। ਪਰ ਫਿਰ ਕੀ ਕਿਹਾ, ਆਪਣੇ ਦਾਸ ਕੋ ਦੇ ਬੜਾਈ, ਆਪਣੇ ਦਾਸ ਕੋ ਨਾਮ ਜਪਾਈ, ਆਪਣੇ ਦਾਸ ਕੀ ਆਪਤ ਰੱਖਾ। ਦਾਸ ਨੂੰ ਇਹਨੇ ਸਭ ਮਿਲਦਾ, ਗੁਰੂ ਨੂੰ ਕਦੇ ਕੁਝ ਨਹੀਂ ਮਿਲਿਆ। ਗੁਰੂ ਨੂੰ ਮਿਲੇ ਨੇ ਛੇਤਰ, ਜਿਹੜੇ ਗੁਰੂ ਬਣੇ ਨੇ ਉਹਨੂੰ ਛੇਤਰ ਹੀ ਮਿਲੇ ਨੇ। ਮਾਈ ਮੁੰਡੋ ਤਾਂ ਗੁਰੂ ਕੀ, ਜਿਹੜੇ ਗੁਰੂ ਕਹੇ ਨੇ ਗਾਲਾਂ ਮਿਲੀਆਂ ਨੇ ਉਹਨਾਂ ਨੂੰ ਗੁਰਬਾਣੀ 'ਚ। ਹੁਣ ਸੰਤ ਗੁਰੂ ਹੀ ਬਣਦੇ ਨੇ, ਹੋਰ ਕੀ ਬਣਦੇ ਨੇ। ਸੰਤਾਂ ਦੇ ਸਿੱਖ ਬਣਾਏ ਤੇ ਸੰਤਾਂ ਨੂੰ ਉਪਦੇਸ਼ ਆ ਗੁਰਬਾਣੀ 'ਚ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਉਹ ਸੰਤ ਕਹਾਂ ਸਿੱਖ ਬਣਾਉਣ, ਸਿੱਖਾਂ ਨੂੰ ਸੰਤ ਬਣਾਉਣ ਲੱਗ ਗਏ। ਸਭ ਪੁੱਠਾ ਕੰਮ ਹੋਇਆ ਹੋਇਆ ਜਾਣ ਬੁੱਝ ਕੇ, ਹੁਣ ਬੋਲਦੇ ਨਹੀਂ, ਹੁਣ ਨਹੀਂ ਬੋਲਦੇ। ਪਤਾ ਸਾਰਿਆਂ ਨੂੰ ਵੀ ਅਸੀਂ ਗਲਤ ਹਾਂ, ਹੁਣ ਚੁੱਪ ਨੇ। ਹੈਰਾਨ ਖੋਰ ਨੇ ਸਾਰੇ ਇਹ। ਜਦ ਗੁਰੂ ਨਾਨਕ ਨੇ ਕਹਤਾ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਚੋਰ ਹਰਾਮ ਖੋਰ ਇੰਨੇ ਨੇ ਨਾ ਉਲਟੇ ਰਾਹ ਪਾਉਣ ਵਾਲੇ, ਇਹ ਮੂਰਖੰਧ ਘੋਰਾਂ ਨੂੰ, ਅਗਿਆਨੀ ਲੋਕਾਂ ਨੂੰ। ਅਤੇ ਮੇਰੇ ਤਾਂ ਹੱਥ ਖੜੇ ਨੇ, ਮੈਂ ਕੁਛ ਨਹੀਂ ਕਰ ਸਕਦਾ, ਤੂੰ ਹੀ ਕਰੇਂਗਾ ਕੁਛ। ਇਹ ਜਿਹੜੇ ਸਵਾਰਥੀ ਆਦਮੀ ਨੇ ਚੋਰ ਹਰਾਮ ਖੋਰ ਨੇ। ਲੀਡਰ, ਲੀਡਰ ਦੋ ਪ੍ਰਕਾਰ ਦੇ ਨੇ, ਇੱਕ ਤਾਂ ਰਾਜ ਪ੍ਰਬੰਧ 'ਚ ਲੀਡਰ ਨੇ, ਰਾਜੇ ਬਣਦੇ ਨੇ। ਇੱਕ ਇੱਧਰ ਧਰਮ ਦੇ ਖੇਤਰ 'ਚ ਵੀ ਰਾਜੇ ਹੀ ਬਣਦੇ ਨੇ, ਉਹਨਾਂ ਦੀ ਪਰਜਾ ਹੁੰਦੀ ਹੈ, ਉਹਨਾਂ ਦੀ ਸੰਗਤ ਹੁੰਦੀ ਹੈ, ਸੰਗਤ ਵਾਸਤੇ ਲੜਾਈ ਵੀ ਹੁੰਦੀ ਹੈ। ਉਹ ਛਬੀਲ ਵਾਲੀ ਲੜਾਈ ਤਾਂ ਹੀ ਹੋਈ ਤੀ, ਉਹਦੀ ਸੰਗਤ 'ਚ ਪਾੜ ਲਾਉਣ ਲੱਗਿਆ ਸੀ ਜਾ ਕੇ, ਉਹਨਾਂ ਦੇ ਏਰੀਏ ਚੱਲਿਆ ਸੀ, ਪਾੜ ਲਾਉਣ ਲੱਗਿਆ ਸੀ ਸੰਗਤ ਦੇ, ਤਾਂ ਛਬੀਲ 'ਤੇ ਗੋਲੀ ਚੱਲੀ ਸੀ। ਇਹ ਇਹਨਾਂ ਦੇ, ਇਹਨਾਂ ਦੀਆਂ ਵੀ ਇੱਦਾਂ ਸੰਗਤਾਂ ਨੇ, ਇਹ ਇਸ ਤਰੀਕੇ ਦੀਆਂ ਨੇ ਇਹਨਾਂ ਦੀਆਂ। ਹੁਣ ਤਾਂ ਧਰਮ ਨੂੰ ਇਹ ਆਪਣੇ ਸਵਾਰਥ ਨੂੰ ਪੈਦਾ ਕਰਨ ਵਾਸਤੇ ਰਾਜਨੀਤੀ ਵਿੱਚ ਸਾਰਾ ਸਭ ਤੋਂ ਜ਼ਿਆਦਾ ਮਿਸਯੂਜ਼ ਕਰਦੇ ਪਏ ਨੇ। ਹਰ ਪਿੰਡ ਵਿੱਚ ਤਿੰਨ ਤਿੰਨ ਗੁਰਦੁਆਰੇ ਖੁੱਲ੍ਹ ਗਏ ਨੇ, ਸ਼ੁਰੂ ਤੋਂ ਥੱਲਿਓਂ ਲੈਵਲ 'ਤੇ ਸਟਾਰਟ ਹੋ ਗਿਆ। ਜਿੰਨਾ ਚਿਰ ਗੁਰਦੁਆਰਿਆਂ 'ਤੇ ਸੰਗਤ ਇਕੱਠੀ ਸੀ, ਜਦ ਜਿੰਨੇ ਗੁਰਦੁਆਰੇ ਉਹਨੇ ਧੜੇ ਜ਼ਿਆਦਾ, ਜੇ ਤਿੰਨ ਗੁਰਦੁਆਰੇ ਨੇ ਨਾ ਕਿਸੇ ਪਿੰਡ 'ਚ ਤਾਂ 6 ਧੜੇ ਨੇ ਪਿੰਡ ਦੇ ਵਿੱਚ, ਜਿੱਥੇ ਇੱਕ ਗੁਰਦੁਆਰਾ ਸੀ 2 ਧੜੇ ਨੇ, ਇੱਕ ਗੁਰਦੁਆਰਾ ਨਹੀਂ ਦੇਣੇ। 8 ਬਣਾ ਲਓ 16 ਧੜੇ ਹੋ ਜਾਣਗੇ। ਕੀ ਗੁਰਦੁਆਰੇ ਧੜੇ ਪੈਦਾ ਕਰਦੇ ਨੇ? ਕਿਆ ਗੁਰੂ ਧੜੇ ਬੰਦੀ ਪੈਦਾ ਕਰਦਾ, ਇਕੱਠੇ ਕਰਦਾ ਧੜੇ? ਕਿਉਂ? ਕਿਉਂਕਿ ਇਹ ਗੱਲ ਤੋਂ ਅਕਾਲੀ ਫੂਲਾ ਸਿੰਘ ਨੇ ਹਟਾਇਆ ਸੀ ਵੀ ਇਹ ਰਾਹ ਨਾ ਜਾਓ, ਨਹੀਂ ਮੰਨੀ ਕਿਸੇ ਨੇ ਸਾਡੀ ਗੱਲ। ਗੁਰਦੁਆਰਿਆਂ ਨੂੰ ਜ਼ਮੀਨਾਂ ਲਾ ਤੀਆਂ, ਪੰਡਿਤ ਨੂੰ ਬਾਹਮਣ ਨੂੰ ਪਤਾ ਸੀ, ਰਣਜੀਤ ਸਿੰਘ ਨੇ ਲਵਾਈਆਂ ਕਹਿ ਕੇ ਵੀ ਉਹ ਕਹਿੰਦੇ ਅਸੀਂ ਗੁਰਦੁਆਰੇ ਸਿੰਘ ਬਠਾਲ ਲਈ ਨਹੀਂ, ਬਠਾਲੇ ਹੋਰ ਦਿੱਤੇ। ਹੁਣ ਜਿਹੜੇ ਨਿਹੰਗ ਸਿੰਘ ਗੁਰਦੁਆਰੇ ਨੂੰ ਚਿੰਬੜੇ ਹੋਏ ਨੇ ਜ਼ਮੀਨਾਂ ਨੂੰ, ਉਹਨਾਂ ਦਾ ਹਾਲ ਕੀ ਹੈ? ਉਹੀ ਹਾਲ ਹੈ, ਬਾਣਾ ਹੀ ਬਾਣਾ,
ਬਾਣੇ ਤਾਂ ਆੜ ਹੈ, ਬਦਮਾਸ਼ੀ ਕਰਦੇ ਨੇ ਬਾਣੇ ਦੀ ਆੜ 'ਚ, ਹੋਰ ਕੀ ਹੈ। ਹੁਣ ਬਾਣੇ ਦੀ ਆੜ 'ਚ ਬਦਮਾਸ਼ੀ ਹੈ, ਕੋਈ ਧਰਮ ਦੀ ਲੜਾਈ ਥੋੜ੍ਹੀ ਕੋਈ ਲੜ ਰਿਹਾ ਉਹਨਾਂ 'ਚ, ਸਵਾਰਥ ਦੀ ਲੜਾਈ ਹੈ ਉਹਨਾਂ ਦੀ। ਫਿਰ ਜੇ ਬਾਣਾ ਇੱਕ ਹੈ, ਫੌਜ ਇੱਕ ਹੈ, ਆਪਸ ਵਿੱਚ ਗੋਲੀਆਂ ਕਿਉਂ ਚੱਲਦੀਆਂ ਇਹਨਾਂ ਦੀਆਂ? ਆਪਸ ਵਿੱਚ ਸਾਡੀ ਫੌਜ ਲੜ ਸਕਦੀ ਹੈ, ਬਾਕੀ ਕੌਣ ਹੈ? ਫਿਰ ਆਪਸ ਵਿੱਚ ਗੋਲੀ ਕਿਉਂ ਚੱਲਦੀ ਹੈ? ਇਹ ਦੇਖਣ ਵਾਲੀ ਸੰਗਤ ਦੀ ਗੱਲ ਹੈ, ਸਾਨੂੰ ਵੀ ਚਾਹੀਦਾ ਬਾਣੇ ਲਾ ਦੇਵੇ ਉਹਨਾਂ ਦੇ ਸਾਰਿਆਂ ਦੇ ਫੜ ਕੇ। ਪਰ ਬਾਬਾ ਜੀ ਸਮਾਂ ਆ ਗਿਆ, ਸਮਾਂ ਕਿ ਅਸੀਂ ਜਾਗਰੂਕ ਹੋ ਗਏ, ਅਸੀਂ ਸਿੱਖਾਂ, ਸਿੱਖੀ ਸਾਡੀ, ਅਸੀਂ ਵਾਰਸ ਹਾਂ। ਜੇ ਅਸੀਂ ਸਿੱਖੀ ਦੇ ਵਾਰਸ ਹਾਂ, ਸੁਧਾਰ ਸਾਨੂੰ ਕਰਨਾ ਪਊ ਸਿੱਖੀ 'ਚ। ਕਾਨੂੰਨ ਸਾਡੀ ਮਦਦ ਕਰ ਸਕਦਾ, ਅਸੀਂ ਚਾਹੀਏ ਕਾਨੂੰਨ ਮਦਦ ਕਰ ਸਕਦਾ। ਕਾਨੂੰਨ ਐਕਟ ਬਣਿਆ ਹੋਇਆ, ਉਹ 'ਚ ਸੋਧ ਵੀ ਹੋ ਸਕਦੀ ਹੈ, ਸਭ ਕੁਝ ਹੋ ਸਕਦਾ। ਪਰ ਅਸੀਂ ਕਹੀਏ ਤਾਂ ਹੋਊ? ਅਸੀਂ ਤਾਂ ਖਰਾਬ ਕੀਤਾ ਹੋਇਆ ਸਭ ਕੁਝ, ਜਾਣ ਬੁੱਝ ਕੇ। ਅਸੀਂ ਇਲੈਕਸ਼ਨ ਕਿਉਂ ਵਾੜਿਆ ਇਹਦੇ ਵਿੱਚ, ਇਲੈਕਸ਼ਨ ਕਿਉਂ ਮੰਨਿਆ? ਜੇ ਪਬਲਿਕ ਚੰਗੀ ਨਹੀਂ ਹੈ, ਚਲੋ 60%, 90% ਚੰਗੇ ਨਹੀਂ, 10% ਚੰਗੇ ਲੋਕ ਨੇ, ਮੈਨੂੰ ਤਾਂ ਚੰਗਾ ਆਦਮੀ ਕਿਵੇਂ ਆਜੂ ਇਲੈਕਸ਼ਨ 'ਚ? ਅੱਬਲ ਤਾਂ ਖੜੂ ਹੀ ਨਹੀਂ। ਜੇ ਖੜੂ ਤਾਂ ਉਹ ਕਹੂੰ ਭਾਈ ਦੇਖ ਲਓ, ਮੈਨੂੰ ਕੱਲ੍ਹ ਨੂੰ ਨਾ ਕਿਹਾ, ਬਦਨਾਮੀ ਨਾ ਕਰਾ, ਮੈਂ ਨਹੀਂ ਲਿਹਾਜ਼ ਕਰਨੀ ਕੋਈ ਬੁਰਾ ਕੰਮ ਕਰਨਾ। ਉਹਨੂੰ ਕਹਿੰਦੇ ਨਾ, ਤੂੰ ਘਰੇ ਬੈਠ, ਰਹਿਣ ਦੇ, ਤੇਰੇ ਕੰਮ ਦਾ ਨਹੀਂ ਇਹ। ਹੁਣ ਬਾਦਲ ਕਿੰਨੀ ਵਾਰ ਮੁੱਖ ਮੰਤਰੀ ਬਣਿਆ, ਪ੍ਰਧਾਨ ਵੀ ਰਿਹਾ, ਟੌੜਾ ਵੀ ਰਿਹਾ, ਕਿੰਨੇ ਸਾਲ ਰਿਹਾ। ਕਰਪਸ਼ਨ ਟੌੜੇ ਦੇ ਰਾਜ ਜ਼ਿਆਦਾ ਵਧੀਆ, ਗੁਰਦੁਆਰਿਆਂ 'ਚ ਸਭ ਤੋਂ ਜ਼ਿਆਦਾ ਕਰਪਸ਼ਨ ਜ਼ਿਆਦਾ ਹੀ ਹੈ। ਉਹਨੇ ਕਿਹਾ, ਗੋਲ ਖਾਓ ਅਤੇ ਮੈਨੂੰ ਪ੍ਰਧਾਨ ਮੰਨੀ ਰੱਖੋ। ਅਤੇ ਇਹ ਗੁਰਦੁਆਰਿਆਂ ਦੀ ਗੋਲ ਗਦਾਮੀ ਸੀ ਉਹਨੇ ਸੀ। ਉਹ ਗੋਲਕ ਸਾਡੇ ਸਿੱਖਾਂ ਵਾਸਤੇ ਨਹੀਂ ਸੀ, ਸਿੱਖ ਤਾਂ ਦਾਨ ਕਰ ਰਹੇ ਨੇ, ਆਪੇ ਖਾ ਰਹੇ ਨੇ ਜ਼ਹਿਰ। ਅਸੀਂ ਗੋਲਕ ਆਪਣੇ ਵਾਸਤੇ ਵਰਤੀ, ਸਿੱਖਾਂ ਵਾਸਤੇ ਅਪਰਾਧ ਸੀਗੇ, ਬੇਵਕੂਫੀ ਸੀ ਸਾਡੀ। ਅਸੀਂ ਲੋਕਾਂ ਵਾਸਤੇ ਵਰਤੇ, ਗਰੀਬਾਂ ਵਾਸਤੇ ਵਰਤੇ, ਸਿੱਖਿਓ ਸਿੱਖੀ ਹੁੰਦੀ। ਅਸੀਂ ਤਾਂ ਆਪਣੇ ਕਾਲਜ ਬਣਾ ਲਏ, ਕਿਉਂ ਬਣਾ ਲਏ? ਅਸੀਂ ਕਾਲਜ ਬਣਾਉਣ 'ਤੇ ਆਪਣੇ ਅੱਡ ਬਣਾਉਂਦੇ, ਅੱਡ ਪੈਸੇ 'ਤੇ। ਇਹ ਉਹਨਾਂ ਵਾਸਤੇ ਦਿੰਦੇ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਹੋਰ ਤਾਂ ਹੋਰ ਸਾਡੇ ਦਾ ਚਾਰ ਬਣਨ ਇਕੱਠੇ ਕੀਤਾ, ਅਸੀਂ ਤਾਂ ਉਹ ਵੀ ਨਹੀਂ ਕਰ ਸਕੇ। ਅਸੀਂ ਤਾਂ ਹਰੀਜਨਾਂ ਨੂੰ ਵੀ ਬਰਾਬਰ ਆਪਣੇ ਮੰਨ ਸਕੇ। ਅੱਜ ਸਿੱਖੀ ਹੈ ਕਿੱਥੇ? ਸਿੱਖੀ ਦੇ ਤਾਂ ਅਸੀਂ ਆਪੇ ਦੁਸ਼ਮਣ ਹਾਂ, ਦੱਸੀਏ ਕਿਹਨੂੰ? ਤਾਂ ਹੀ ਸਾਡਾ ਹਾਲ ਹੈ। ਅੱਜ ਹਾਲ ਕਿਉਂ ਹੈ? ਮੈਂ ਪਹਿਲਾਂ ਵੀ ਕਹਿਣਾ, ਪਰਮੇਸ਼ਰ ਗੁਰੂ ਸਾਡੇ 'ਤੇ ਨਾਰਾਜ਼ ਹੈ, ਸਿੱਖਾਂ 'ਤੇ ਬਹੁਤ ਬੁਰੀ ਕਰੋਪੀ ਹੈ ਗੁਰੂ ਦੀ, ਉਹ ਕਰੋਪੀ 'ਚ ਉੱਥੇ ਬੈਠੇ ਹਾਂ ਅਸੀਂ। ਜੇ ਗੁਰੂ ਵੱਲ ਨੂੰ ਆ ਜਾਈਏ, 2 ਮਿੰਟ ਦਾ ਕੰਮ ਹੈ, ਕਰੋਪੀ ਸੋਰੀ ਉਹ ਖਤਮ। ਆ ਕੇ ਦੇਖ ਲਓ, ਸਾਰੇ ਹੱਥ ਖੜੇ ਇੱਕਦਮ ਨਾ ਕਰ ਦੇਣ ਤਾਂ ਮੈਨੂੰ ਕਿਹੋ। ਜਿੱਦਣ ਏਕਤਾ ਹੋ ਗਈ ਸਾਡੇ ਸਿੱਖਾਂ 'ਚ ਗੁਰੂ 'ਤੇ ਅਸੀਂ ਖੜ ਗਏ, ਸਾਰੀ ਦੁਨੀਆ ਸਾਡੇ ਨਾਲ ਤਾਂ ਪਹਿਲਾਂ ਹੀ ਹੈ, ਅਸੀਂ ਆਪਣੇ ਨਾਲ ਨਹੀਂ ਹੈ। ਬਾਰਡਰ 'ਤੇ ਵੀ ਕੀ ਹੈ, ਸਿੱਖ ਸਿੱਖਾਂ ਦੇ ਕਰਦੇ ਨੇ ਟਿੱਪਣੀਆਂ, ਖਿਲਾਫ਼ ਬੋਲਦੇ ਨੇ। ਹੋਰ ਕੋਈ ਬੋਲਦਾ ਕਿਸੇ ਦੇ ਖਿਲਾਫ਼? ਕੋਈ ਵੀ ਨਹੀਂ ਬੋਲਦਾ।
ਉਹ ਕਹਿ ਰਹੇ ਨੇ ਸਾਡੇ ਲੀਡਰ ਨੇ, ਸਾਡੇ ਜਿਹੜੇ ਕਹਿੰਦੇ ਵੀ ਇਹ ਲੀਡਰ ਕਿਉਂ, ਅਸੀਂ ਲੀਡਰ ਆ, ਸਾਨੂੰ ਲੀਡਰਸ਼ਿਪ ਨੇ ਦੁਖੀ ਕੀਤਾ ਹੋਇਆ। ਜਿਹੜੇ ਸਾਡੇ ਦਿਮਾਗ 'ਚ ਬਣਿਆ ਰਾਜ ਕਰੇਗਾ ਖਾਲਸਾ, ਉਹ ਖਾਲਸਾ ਦਾ ਬਣ ਜਾਓ, ਜਿਹੜਾ ਖਾਲਸਾ ਉਹ ਕਰ ਲੂ ਰਾਜ, ਤੁਸੀਂ ਤਾਂ ਆਪਣੇ ਖਾਲਸਾ ਪਹਿਲਾਂ ਉਹ ਸਿੱਖ ਤੁਸੀਂ ਬਣੇ ਨਹੀਂ, ਗੱਲ ਕਰਦੇ ਹੋ ਖਾਲਸੇ ਦੀ। ਸਮੱਸਿਆ ਬਹੁਤ ਪਤਾ ਸਾਨੂੰ ਸਭ, ਸਮੱਸਿਆ ਕੀ ਹੈ, ਪਰ ਨਹੀਂ ਹਟਦੇ ਅਸੀਂ ਡਿਸਗਾਈਡ ਕਰਨ 'ਤੇ। ਹੁਣ ਜਿਹੜਾ ਖਾਲਿਸਤਾਨ ਦੀ ਗੱਲ ਕਰ ਰਿਹਾ ਉਹ ਪੰਨੂ, ਉਹਦੀ ਵਜ੍ਹਾ ਖਾਲਸੇ ਵਾਲੀ ਹੈ, ਉਹਦੀ ਫੋਟੋ ਦੇਖੋ ਕਿਹੋ ਜਿਹੀ ਹੈ, ਉਹਨੂੰ ਸ਼ਰਮ ਨਹੀਂ ਆਉਂਦੀ ਖਾਲਸਾ ਕਹਿੰਦੇ ਨੂੰ, ਖਾਲਿਸਤਾਨ ਕਹਿੰਦੇ ਨੂੰ, ਸ਼ਕਲ ਤੋਂ ਪਤਾ ਚੱਲ ਜਾਂਦਾ ਜੀ। ਉਹ ਜਿਹੜਾ ਨਹੀਂ ਉੱਥੇ ਨਿਸ਼ਾਨ 'ਚ ਲਾਇਆ ਝੰਡੇ ਜੀ ਨਾ, ਅਤੇ ਅੰਦਰ ਨੇ, ਉਹਨੂੰ ਸ਼ਰਮ ਨਹੀਂ ਆਉਂਦੀ ਖਾਲਸਾ ਦਾ ਨਾਂ ਲੈਂਦਿਆਂ ਨੂੰ, ਗੁਰੂ ਦਾ ਭੈ ਕੋਈ ਨਹੀਂ ਉਹਨਾਂ ਨੂੰ, ਗੁਰੂ ਦਾ ਤਾਂ ਭੈ ਬੰਨੋ, ਖਾਲਸਾ ਕਬੀਰ ਹੈ ਸਭ ਤੋਂ ਪਹਿਲਾਂ, ਕਿਸੇ ਗੁਰੂ ਦੇ ਮੂੰਹ 'ਤੇ ਖਾਲਸਾ ਸ਼ਬਦ ਨਹੀਂ ਨਿਕਲਿਆ ਹੋਇਆ, ਸਿਰਫ ਦਸਮ ਪਾਤਸ਼ਾਹ ਦੇ ਮੂੰਹ 'ਤੇ ਨਿਕਲਿਆ ਖਾਲਸਾ, ਉਹਦੇ ਬਾਅਦ ਕੋਈ ਭਗਤ ਵੀ ਨਹੀਂ ਹੋਇਆ ਅੱਜ ਤੱਕ, ਇਹ ਕਬੀਰ ਦੇ ਮੂੰਹ 'ਤੇ ਖਾਲਸਾ ਨਿਕਲਿਆ, ਹੋਰ ਤਾਂ ਕਿਸੇ ਨੇ ਖਾਲਸਾ ਜ਼ਿਕਰ ਨਹੀਂ ਕੀਤਾ ਹੋਇਆ। ਕਬੀਰ ਨੇ ਖਾਲਸਾ ਕਿਹਾ, ਇਹ ਤਾਂ ਕਬੀਰ ਖਾਲਸਾ, ਇਹਦਾ ਮਿਸਯੂਜ਼ ਬਹੁਤ ਹੁੰਦਾ ਖਾਲਸਾ ਵਰਡ ਦਾ, ਥੋੜ੍ਹਾ ਜਿਹਾ ਤਾਂ ਕਬੀਰ ਖਾਲਸਾ, ਹਰ ਥਾਂ 'ਤੇ ਖਾਲਸਾ, ਦਸਮ ਪਾਤਸ਼ਾਹ ਨੇ ਖਾਲਸਾ ਨਹੀਂ ਬਣਾਇਆ, ਦਸਮ ਪਾਤਸ਼ਾਹ ਨੇ ਖਾਲਸਾ ਫੌਜ ਬਣਾਈ ਹੈ, ਉਹ ਜੀ ਖਾਲਸਾ ਸੀ, ਖਾਲਸਾ ਦਸਮ ਬਾਦ ਤੱਕ ਦੱਸੋ ਜਾਦੂ ਖਾਲਸਾ, ਉਹ ਖਾਲਸਾ ਫੌਜ ਬਣਾਈ ਹੈ ਉਹਨਾਂ ਨੇ, ਫੌਜੀ ਵਰਦੀ ਦਿੱਤੀ ਹੈ ਤੁਹਾਨੂੰ, ਦੇਖੋ ਨਾ ਤੁਸੀਂ ਅਫਸਰ ਹੋ, ਤੁਸੀਂ ਕੀ ਕਰਦੇ ਹੁੰਦੇ ਹੋ, ਤੁਹਾਡੇ ਕੋਲ ਜਵਾਨ ਬੱਚੇ ਪੈਦਾ ਹੋਏ ਆਉਂਦੇ ਨੇ, ਪੜ੍ਹੇ ਪੜ੍ਹਾਏ ਆਉਂਦੇ ਨੇ, ਤੁਸੀਂ ਫੌਜ ਬਣਾਉਂਦੇ ਹੋ, ਉਹ ਕੰਮ ਦਸਮ ਪਾਤਸ਼ਾਹ ਨੇ ਕੀਤਾ, ਜੰਮੇ ਜਮਾਏ ਪੜ੍ਹੇ ਪੜ੍ਹਾਏ, ਪੜ੍ਹੇ ਪੜ੍ਹਾਏ ਆਉਂਦੇ ਨੇ ਫੌਜ, ਉਦੋਂ ਪਹੁੜ ਦੇ ਕੇ ਫੌਜ ਸਜਾ ਦਿੰਦੇ ਨੇ, ਉਹਨਾਂ ਤਾਂ ਫੌਜ ਬਣਾਈ ਹੈ ਖਾਲਸਾ, ਲਿਖਿਆ ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੇ ਮੌਜ, ਪਰ ਉਹ ਤਾਂ ਗੱਲਾਂ ਪੜ੍ਹੀਆਂ ਹੀ ਨਹੀਂ, ਉਹ ਤਾਂ ਗੱਲਾਂ ਵਿਚਾਰੀਆਂ ਹੀ ਨਹੀਂ, ਹੋਰੇ ਰੌਲਾ ਪਾਇਆ ਹੋਇਆ, ਉਹ ਗੱਲਾਂ ਹਾਈਲਾਈਟ ਮੈਂ ਕਰ ਰਿਹਾ ਜਿਹੜੀਆਂ ਤੁਹਾਨੂੰ ਨਹੀਂ ਪਤਾ, ਜਦ ਆਪਾਂ ਉਹ ਸੁਣਨੀਆਂ ਪਚਾਲੀਆਂ ਆਪੇ ਚੁੱਪ ਕਰ ਜਾਣਗੇ।